जी मेरे सोनो चनमुखनो ते सजनो मित्र बेलियो की हाल चाल जी वधिया तगड़े राज भाईओ। लो जी हुण चले हैगे जी आपां डेरे, ठीक है जी, कार चक आए होए आ ते अम्मी होणा दे नानके आए आ ते हुण इस टाइम चले जी डेरे, तुहानू हवेली दिखावांगे, उत्थे स्टीलिंग दी गाईयां दिखावांगे। तुरे जा रहे हैं, ठीक है, आ व्यू चैक करो, व्यू कैसा वा, ठीक है, कार चक दा व्यू चैक करो, वधिया व्यू आ। ते आ अपना कमाऊ पुत, ठीक है, तुरे जा रहे हैं मठे मठे काठ चक पिंड, ठीक है, आओ शाहकोट तो पिछे आता जी काठ चक, तुहानू विखावांगे, नज़ारे करांगे, तुसीं नज़ारे करियो, आपां नज़ारे करांगे फुल भारना, गली चैक करो तुसीं, बस है ना माहौल पूरा ही। फिर भाई मेरे ब्लॉग च आना नहीं चाहुंदा, एक दिन आना वा, एक दिन आना, तू कहना वा काशी भाई मैं तेरा साइन, मैनूं तेरा ऑटोग्राफ चाहिए आ, ठीक है ना, मर्जी है तेरी यार, छड़ दे यार, मतलब ਨੰਗੜੇ ਪਏ ਆ ਕਿੱਥੇ, ਰੇਗਿਸਤਾਨ ਲੱਗੇ ਆ, ਸਾਡੇ ਬੈਕ ਸਾਈਡ ਪਹਾੜੀ ਆ, ਠੀਕ ਆ, ਪਹਾੜੀ ਆ ਸ਼ਾਹਕੋਟ, ਤੇ ਬਹੁਤ ਔਖਾ ਸਫ਼ਰ ਕਰਕੇ ਆਏ ਆ, ਇਸ ਤੱਕ ਆਏ ਆ, ਤੇ ਉਮੀਦ ਕਰਾਂਗਾ ਤੁਹਾਨੂੰ ਇਹ ਵੀਡੀਓ ਜਿਹੜੀ ਆ ਨਾ ਅੱਛੀ ਲੱਗੀ ਹੋਵੇ, ਤੇ ਸਾਡਾ ਜਿਹੜਾ ਚੈਨਲ ਆਪਣੇ ਸੋਹਣੇ ਜਿਹਾ ਥਾਂ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ, ਕਿਉਂਕਿ ਤਾਂ ਦਿਲ ਦਾ ਨਹੀਂ ਮਾੜਾ ਤੇਰਾ ਕਮਾਊ ਪੁੱਤ, ਹੈ ਠੰਡ ਠੁੰਡ ਬੜੀ ਦਈ ਹੈ ਲੱਗਣਾ, ਤੇ ਆਹ ਆਪਾਂ ਯਾਰ ਤਾਂ ਹੀ ਹੁੱਡ ਲਿਆ ਵਾ ਉੱਤੇ, ਪਤਾ ਕੀ ਠੰਡੀ ਹਵਾ ਬਹੁਤ ਆ, ਤੇ ਇਸ ਕਰਕੇ ਜਿਹੜਾ ਨਾ ਆਪਾਂ ਆਪਣੇ ਸਿਰ 'ਤੇ ਹੁੱਡ ਲਿਆ ਵਾ, ਕਹਿੰਦੇ ਆ ਨਾ ਬਜਟ ਬੁਜਟ ਕਰਨੀ ਚਾਹੀਦੀ ਆ। ਉਹ ਜੀ ਉਹ ਹੈਗਾ ਜੀ 17 ਮੀਲ ਜਿਹੜੀ ਹੈ ਨਾ, ਇਹ ਉਹਨਾਂ ਦੇ ਜਿਹੜੇ ਹੁੰਦੇ ਆ ਫਲੈਟ ਗਾਲੋ, ਅਤੇ ਵਰਕਰਾਂ ਦੇ ਫਲੈਟ ਆ ਉਹ ਸਾਹਮਣੇ ਨਜ਼ਰ ਹੋ ਰਹੇ ਆ ਰਹੇ ਨੇ ਤੁਹਾਨੂੰ, ਠੀਕ ਆ, ਮੈਨੂੰ ਪਤਾ ਨਹੀਂ ਕਿ ਜਾਣਾ ਤੇ ਮੈਂ ਟੈਚ ਹੋਏ ਤਾਂ ਇੱਕ ਵਾਰੀ, ਕਿਉਂਕਿ ਇੱਧਰ ਆਉਣ ਦਾ ਜਿਹੜਾ ਰਸਤਾ ਰੁਸਤਾ ਨਾ ਬਹੁਤ ਜ਼ਿਆਦਾ ਖਰਾਬ ਆ। ਲਓ ਜੀ ਇਹ ਦੇਖ ਸਕਦੇ ਹੋ ਤੁਸੀਂ, ਇਹ ਹਵੇਲੀ ਆ ਜੀ ਸਾਡੇ ਅੰਮੀ ਹੋਣਾਂ ਦੇ ਨਾਨਕਿਆਂ ਦੀ, ਉਹ ਸਾਹਮਣੇ ਉੱਪਰ ਉਹਨਾਂ ਨੇ ਫਾਰਮ ਵਗੈਰਾ ਵੀ ਵਿੱਚ ਪਾਇਆ ਹੈਗਾ, ਡੰਗਰਾਂ ਡੁੰਗਰਾਂ ਦਾ ਫਾਰਮ ਆ, ਅਤੇ ਉਮੀਦ ਕਰਾਂਗਾ ਤੁਹਾਨੂੰ ਇਹ ਜਿਹੜੀ ਵੀਡੀਓ ਆ ਬਹੁਤ ਅੱਛੀ ਲੱਗੇ, ਆਪਣੀ ਹੁਣ ਇਹਨਾਂ ਇੰਟਰੀ ਹੋਣ ਲੱਗੀ ਹੈ ਜੀ, ਠੀਕ ਆ, ਅਤੇ ਖੋਲ ਖੋਲ ਬੂਹਾ ਦਾਊਦ। ਲਓ ਜੀ ਸਾਹਮਣੇ ਜਿਹੜਾ ਨਾ ਸਾਹਮਣੇ ਜਿਹੜੀ ਪਹਿਲੀ ਨਜ਼ਰ ਹੈਗੀ ਟੋਕੇ 'ਤੇ ਪਈ ਆਪਣੀ, ਠੀਕ ਆ, ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਇਹ ਮਾਮੇ ਹੋਣਾਂ ਨੇ ਰੱਖੀਆਂ ਜੀ ਮਾਸ਼ਾਅੱਲਾ ਸਟੀਲਿੰਗ ਗਾਈਆਂ ਸਾਰੀਆਂ, ਠੀਕ ਆ, ਦੇਖ ਸਕਦੇ ਤੁਸੀਂ ਬਹੁਤ ਮਾਸ਼ਾਅੱਲਾ ਵਧੀਆ ਗਾਈਆਂ, ਠੀਕ ਆ, ਸਟੀਲਿੰਗ ਗਾਈਆਂ ਜੀ, ਠੀਕ ਆ, ਵਿੱਚ ਦੂਸਰੀਆਂ ਦੇਸੀ ਵੀ ਆ, ਅਤੇ ਇੱਕ ਇੱਧਰ ਹੈਗਾ ਵਾ ਵਾੜਾ, ਠੀਕ ਆ, ਆਹ ਬਹੁਤ ਵੱਡਾ ਬਣਾਇਆ ਹੈਗਾ, ਆ ਦੇਖ ਸਕਦੇ ਤੁਸੀਂ ਯਾਰ, ਅਸੀਂ ਤਾਂ ਇਹਦੇ ਫੈਨ ਹੀ ਹਾਂ ਬਹੁਤ ਵੱਡੇ ਟਰੈਕਟਰ ਦੇ, ਤਾਂ ਟਰੈਕਟਰ 'ਤੇ ਲਗਾਇਆ ਇਹਨਾਂ ਨੇ, ਹੈ ਯਾਰ, ਰਹਿਣ ਦੇ ਨਾਂ ਲਾਈ ਨਾਂ ਲਾਈ। ਹਾਂਜੀ ਅਤੇ ਆਹ ਸਾਡੇ ਨਾਨਾ ਜੀ ਆ ਜੀ, ਸਲਾਮੁਅਲੈਕੁਮ ਜੀ, ਵਾਲੇਕੁਮ ਅਸਲਾਮ, ਹੋਰ ਨਾਨਾ ਜੀ ਕੀ ਹਾਲ ਜੇ, ਠੀਕ ਠਾਕ ਜੀ, ਅੱਲਾ ਪਾਕ ਦਾ ਕਰਮ, ਰਾਜੀ ਬਾਜੀ ਹੋ, ਸ਼ੁਕਰ ਬਾਈ, ਆਪਾਂ ਅੱਜ ਪਹੁੰਚ ਗਏ ਆਏ ਹਾਂ ਤੁਹਾਡੇ ਹਵੇਲੀ ਵਿੱਚ, ਬਹੁਤ ਅੱਛਾ ਲੱਗਾ, ਅੱਛਾ ਫਾਰਮ 'ਤੇ ਨਜ਼ਰ ਆਉਣਾ, ਹਾਂਜੀ ਹਾਂਜੀ, ਅਤੇ ਟਰੈਕਟਰ ਨੂੰ ਬੜਾ ਕਵਰ, ਠੀਕ ਆ, ਲਓ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਸੁਭਾਨ ਅੱਲਾ, ਰੱਬ ਦੀ ਕੁਦਰਤ ਦੇਖ ਲਓ, ਠੀਕ ਆ, ਇਹ ਜੀ ਸਾਡੇ ਅੰਮੀ ਹੋਣਾਂ ਦਾ ਨਾਨਕਿਆਂ ਦਾ ਫਾਰਮ ਆ, ਠੀਕ ਆ, ਆ ਦੇਖ ਸਕਦੇ ਹੋ, ਬਹੁਤ ਅੱਛਾ ਲੱਗਾ ਇੱਥੇ ਆਏ ਹਾਂ, ਯਕੀਨ ਮੈਨੂੰ ਦਿਲੀ ਸਾਨੂੰ ਖੁਸ਼ੀ ਹੋਈ ਹੈ ਇੱਥੇ ਆਏ ਹਾਂ, ਅਤੇ ਕਾਫੀ ਚਿਰਾਂ ਦਾ ਜਿਹੜਾ ਨਾ ਸਾਡਾ ਪਲੈਨ ਸੀਗਾ ਬਣਿਆ, ਅਤੇ ਅੱਜ ਆਪਾਂ ਇੱਥੇ ਆਏ ਹਾਂ ਅਤੇ ਬਹੁਤ ਵੀ ਆਈ ਪੀ ਰਿਹਾ ਲੱਗਣ, ਅਤੇ ਇਸ ਟਾਈਮ ਮੱਝਾਂ ਜਿਹੜੀਆਂ ਮੇਰਾ ਤਾਂ ਘੁਰਦੀਆਂ ਪਈਆਂ ਵਾ, ਠੀਕ ਆ, ਆ ਦੇਖ ਸਕਦੇ ਹੋ ਤੁਸੀਂ, ਫੁੱਲ ਗੁੱਸੇ ਜੇ ਮੈਨੂੰ ਦਈਆਂ ਘੁਰਨੇ ਪਿਆ, ਨਵਾਂ ਬੰਦਾ ਵਾ ਮੋਬਾਈਲ, ਇੱਕ ਕੱਟਾ ਮੇਰਾ ਦਿਆ ਵੇਖਣ, ਕੱਟਾ ਕੇ ਪਤਾ ਨਹੀਂ ਕੀ ਆ ਮੱਝ ਆ, ਹਾਲਾਂਕਿ ਅਸੀਂ ਸ਼ਹਿਰੋਂ ਆਏ ਆ, ਅਸੀਂ ਫੁੱਲ ਪੰਜਾਬੀ ਦੇ ਮਾਰਨ, ਹਰ ਜ਼ਬਾਨ ਬੋਲ ਲੈਂਦੇ ਆ, ਮਾਸ਼ਾਅੱਲਾ ਜੀ, ਅਰਬੀ ਵੀ ਬੋਲ ਲੈਂਦੇ ਆ, ਅੱਛਾ ਜੀ, ਕੀ ਬਾਤ ਹੈ ਜੀ, ਪੰਜਾਬੀ ਵੀ ਬੋਲ ਲਈਦੀ ਆ, ਉਰਦੂ ਵੀ ਬੋਲ ਲਈਦੀ, ਠੀਕ ਹੈ, ਜ਼ਬਾਨ ਬੋਲ ਲਈ, ਮਾਸ਼ਾਅੱਲਾ ਜੀ, ਤੇ ਇਹ ਜਿਹੜੀਆਂ ਨਾ ਜਿਹੜੀਆਂ ਹੈਗੀਆਂ ਆਸਟ੍ਰੇਲੀਆ ਗਾਈਆਂ, ਹਾਂਜੀ,
ਇਹਦੀਆਂ ਵੀ ਬੱਚੀਆਂ ਆ ਬੱਚੀ ਤਿਆਰ ਹੋ ਗਈ ਆ। ਅੱਛਾ ਜੀ। ਆ ਬੱਚਾ ਵਾ ਵਿੱਚ ਸਾਹੀਵਾਲ ਵਿੱਚ ਉਹ ਦੋ ਕਸਤੇਰਨਾ ਵਾ ਨਾਲ ਮੱਝਾਂ ਵਾ ਨਾਲ ਸਾਹੀਵਾਲ ਵੀ ਹੈ ਅਤੇ ਛੋਟੀਆਂ ਕੱਚੇ ਅੱਛਾ ਮਾਸ਼ਾਅੱਲਾ। ਅਤੇ ਉਹ ਜਿਹੜੀਆਂ ਉੱਧਰ ਪਰੇ ਬਣੀਆਂ ਉਹ ਉਹ ਕਿੱਦਾਂ ਹਿਸਾਬ ਆ? ਨਹੀਂ ਬਾਈ ਉਹ ਸਾਰੀਆਂ ਸੂਣ ਵਾਲੀ ਇਹ ਸੂਣੀਆਂ ਬਣਦੇ ਨੇ। ਹਾਂਜੀ। ਅਤੇ ਲਓ ਜੀ ਆਏ ਹੈਗੇ ਜੀ ਅੰਮੀ ਹਾਂ ਦੇ ਨਾਨਕੇ। ਉਹ ਸਾਹਮਣੇ ਖੜ੍ਹਾ ਹੈਗਾ ਜੀ ਟਰੈਕਟਰ, ਠੀਕ ਆ। ਇਹ ਤੁਸੀਂ ਮੇਰੇ ਬੈਕ ਸਾਈਡ ਦੇ ਸਕਦੇ ਹੋ ਸੰਦ ਪਏ ਟਰੈਕਟਰਾਂ ਦੇ। ਲਓ ਜੀ ਇਹ ਛੋਟੀ ਬੱਚੀ ਕਹਿੰਦੀ ਹੈ ਮੈਂ ਵਲੋਗ ਚਾਉਣਾ ਜੀ। ਸਾਡੇ ਮਾਮੂ ਦੀ ਬੇਟੀ ਆ। ਇਹਦਾ ਕੀ ਨਾਮ ਆ? ਇਹਦਾ ਨਾਮ ਫਾਤਿਮਾ। ਫਾਤਿਮਾ ਇਕੱਲਾ ਜੀ? ਫਾਤਿਮਾ ਫਾਤਿਮਾ ਇਹਸਾਨ। ਹਾਂ ਹਾਂ ਠੀਕ ਹੋ ਗਿਆ। ਲਓ ਜੀ ਬਛੜੇ, ਹੁਣ ਤੁਹਾਨੂੰ ਬਛੜੇ ਦਿਖਾ ਦਈਏ। ਤੁਹਾਨੂੰ ਆਸਟ੍ਰੇਲੀਆ ਗਾਈਆਂ ਦਿਖਾ ਦਿੱਤੀਆਂ ਆਪਾਂ, ਠੀਕ ਆ। ਤੁਹਾਨੂੰ ਸੂਈਆਂ ਹੋਈਆਂ ਵੀ ਵਿਖਾ ਦਿੱਤੀਆਂ। ਹੁਣ ਆ ਗਈ ਜੀ ਵਾਰੀ ਬੱਕਰੀਆਂ ਦੀ ਅਤੇ ਬੱਕਰਿਆਂ ਦੀ, ਠੀਕ ਹੋ ਗਿਆ। ਲਓ ਜੀ ਆਹ ਬੱਕਰੇ ਬੱਕਰੇ ਓਏ ਬੱਕਰੀਆਂ ਕਿ ਬੱਕਰੇ ਸਾਰੇ ਉਹ ਸਾਰੇ ਮੇਲਾ ਤੁਰੇ ਆਉਂਦੇ ਆ। ਹਾਂਜੀ ਅਤੇ ਮੈਂ ਜੀ ਹੈਗਾ ਵਾਂ ਵਲੋਗਰ, ਠੀਕ ਆ। ਹਾਂਜੀ ਅਤੇ ਯੈਸ ਆਈ ਐਮ ਵਲੋਗਰ, ਪਲੀਜ਼ ਟਰੱਸਟ ਮੀ। ਹਾਂ ਉਹ ਵੇਖ ਕੀ ਕਹਿੰਦੀ, ਕਹਿੰਦੀ ਹਾਂ ਇੱਦਾਂ ਹੀ ਆ। ਹੈਗੇ ਇੱਧਰ ਵੀ? ਅਤੇ ਲਓ ਜੀ ਆਹ ਵੀ ਮਾਸ਼ਾਅੱਲਾ ਜੀ ਬਛੜੇ ਆ, ਆਸਟ੍ਰੇਲੀਅਨ ਬਛੜੇ। ਚੈੱਕ ਕਰੋ ਜਰਾ। ਹਾਂ ਬਾਈ ਉਹ ਜੀ ਓਏ ਉਹ ਬਸ ਮਾਸ਼ਾਅੱਲਾ ਜੀ ਮਾਸ਼ਾਅੱਲਾ। ਰੌਣਕਾਂ ਲਾਈਆਂ ਹੈਗੀਆਂ ਨਾਨਕਿਆਂ ਨੇ ਇੱਥੇ, ਠੀਕ ਆ। ਦੱਬ ਕੇ ਸਪੋਰਟ ਕਰ ਦਿਓ, ਠੀਕ ਆ। ਤੁਹਾਡੇ ਪਿਆਰ ਸਾਨੂੰ ਬਹੁਤ ਜ਼ਿਆਦਾ ਲੋੜ ਆ, ਬਹੁਤ ਸਖਤ ਲੋੜ ਆ ਤੁਹਾਡੇ ਪਿਆਰ ਦੀ। ਬੱਕਰੀ ਫਿਰ ਆ ਗਿਆ ਮੈਂ। ਆਜੋ 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 ਤੁਹਾਨੂੰ ਵਲੋਗ 'ਚ ਲਿਆਵਾਂ ਮੈਂ। ਆਜੋ ਆਜੋ ਉਹ ਆਇਆ ਯਾਰ ਫੈਨ ਆਇਆ ਮੇਰਾ ਇੱਕ, ਆ ਇੱਕ ਮੇਰੀ ਫੈਨ ਆਈ ਆ। ਹਾਂਜੀ ਸਲਾਮ ਦਾ ਹੋ ਜੇ, ਮੂੰਹ ਨਹੀਂ ਪਾਉਣਾ ਬਸ। ਉਹ ਵੀ ਖੜੀਆਂ ਦਈਆਂ ਵੇਖਣ ਵੀ ਇਹ ਵਲੋਗਰ ਜਿਹੜਾ ਨਾ ਕੱਚਾ ਪੱਕਾ ਹੀ ਆ। ਆਜੋ ਤੁਸੀਂ ਵੀ ਵਲੋਗ 'ਚ ਆਜੋ ਆਜੋ ਰਾਣੋ ਆਜਾ, ਤੂੰ ਹੀ ਆਜਾ ਮੇਰੀ ਭੈਣ ਆਜਾ 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 ਆਜਾ। ਹਾਂਜੀ ਆ ਵੀ ਦੀ ਆਉਣਾ ਵੇਖੋ ਆ ਮੇਰੀ ਫੈਨ ਕੁਛ ਜ਼ਿਆਦਾ ਹੀ ਆ, ਮੇਰਾ ਨਾ ਹੱਥ ਦੇਈਏ ਚੁੰਮਣ, ਠੀਕ ਆ। ਲਓ ਜੀ ਮਾਮਾ ਜੀ ਇਸ ਟਾਈਮ ਫੁੱਲ ਮਿਹਨਤ ਮੁਸ਼ਕਤ ਦੇ ਆ ਕਰਨ, ਠੀਕ ਆ। ਗਾਈਆਂ ਛਾਈਆਂ ਬੰਨਦੇ ਪਏ ਆ ਮਾਸ਼ਾਅੱਲਾ ਜੀ ਮਾਸ਼ਾਅੱਲਾ। ਓਏ ਸਾਈਡ 'ਤੇ ਹੋਏ ਸਾਈਡ 'ਤੇ ਹਾਂ ਗੰਨਾ। ਓਏ ਹੋਏ 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 ਆ ਚੈੱਕ ਕਰੋ ਜੀ ਕਿੰਨਾ ਲੰਮਾ ਗੰਨਾ ਵਾ, ਠੀਕ ਆ। ਇਹ ਮੇਰੇ ਨਾਲੋਂ ਵੀ ਕਿੰਨਾ ਹੀ ਲੰਮਾ ਲੰਮਾ ਆ ਦੇਖੋ ਇੱਕ ਮਿੰਟ ਭਾਈ। ਲਓ ਜੀ ਸ਼ਰੋਜ ਭਾਈ ਤੋਂ ਵੀ ਮਾਸ਼ਾਅੱਲਾ ਦੇਖੋ ਕਿੰਨਾ ਲੰਮਾ ਜੇ ਗੰਨੇ ਦੀ ਮਿਠਾਈ ਦੇਖੋ ਜੀ ਤੁਸੀਂ। ਕਿਆ ਬਾਤ ਆ ਬਾਈ, ਵਾਹ ਬਾਈ ਵਾਹ। ਇਹਨੂੰ ਕਿੰਨੇ ਜਣੇ ਚੁੱਪਾਂਗੇ ਬਾਈ? ਹੈ ਲਓ ਜੀ ਬੱਚੇ ਇਸ ਟਾਈਮ ਇੱਥੇ ਖੜ੍ਹੇ ਆ, ਬੱਚਿਆਂ ਦੀ ਫੁੱਲ ਨਜ਼ਰ ਆ ਇੱਥੇ ਗੰਨੇ 'ਤੇ ਵੀ ਸਾਡੇ ਸਿਆਜੇ ਸਾਡੇ ਸਿਆਜੇ। ਖਾਣਾ ਗੰਨਾ? ਹਾਏ ਰਾਹੂ ਤੂੰ ਜੇ ਮੰਮੀ ਖਾਣਾ ਹੋਵੇ ਫੇਰ ਬਾਈ। ਹਾਂ ਇੰਨਾ ਮੈਂ ਕਹਿੰਦਾ ਦੋ ਗੁੱਲੀਆਂ ਲਾ ਦੇ ਬਸ ਯਾਰ, ਦੋ ਗੁੱਲੀਆਂ ਬਹੁਤ ਆ। ਉਹ ਵੇਖੀ ਉਹ ਜੀ ਉਹ ਸ਼ਰੋਜ ਅਤੇ ਆਹ ਖਲੋਤੇ ਆ ਜੀ, ਆਹ ਖਲੋਤੇ ਆ ਜੀ ਮਾਮੂ ਫੈਸਲ। ਬੜੀ ਘੈਂਟ ਸਾਹਿਬ ਹੋਣੀ ਆ, ਬੁੱਝੋ ਕਿਹੜੀ ਆ ਉਹ ਜੀ। ਇੱਕ ਬਹੁਤ ਹੀ ਛੋਟਾ ਜਿਹਾ ਫੀਡਰ ਤੁਹਾਨੂੰ ਦਿਖਾਉਣਾ ਵਾ ਗਾਈਆਂ। ਲਓ ਜੀ ਦੇ ਸਕਦੇ ਹੋ ਤੁਸੀਂ ਆਹ ਮੋਲ ਚੱਕ ਕਰ ਲਓ ਤੁਸੀਂ। ਇਹਦੇ 'ਚ ਪਾ ਕੇ ਨਾ ਦੁੱਧੂ ਦੁੱਧੂ ਛੋਟੇ ਬੱਚਿਆਂ ਨੂੰ ਦਿੱਤਾ ਜਾਂਦਾ। ਆਹ ਜਿਹੜੇ ਆਹ ਚਲੋ ਵੱਡੀਆਂ ਸੂਣ ਵਾਲੀਆਂ, ਅਤੇ ਆਹ ਜਿਹੜੀਆਂ ਗਾਈਆਂ ਮੇਰੇ ਇੱਧਰ ਹੱਥ ਵਾਲਾ ਨਾ, ਆਹ ਜਿਹੜੇ ਨਿੱਕੇ ਨਿੱਕੇ ਬਛੜੇ ਆ ਨਾ ਇਹਨਾਂ ਨੂੰ ਦਿੱਤਾ ਜਾਂਦਾ ਵਾ ਇਹਦੇ ਵਿੱਚ ਪਾ ਕੇ, ਠੀਕ ਆ। ਫੁੱਲੀ ਭਾਰਦੇ ਆ, ਠੀਕ ਆ। ਆਸਟ੍ਰੇਲੀਅਨ ਟੀਕੇ ਇੱਕ ਵਾਰੀ ਲੱਗਾ ਹੋਵੇ ਤਾਂ ਮੈਂ ਕਹਿੰਦਾ ਬਜਾ ਬਹਿ ਕੇ ਪਏ ਆ ਜੀ ਇੱਥੇ ਦਵਾਈਆਂ ਛਵਾਈਆਂ ਜਿਹੜੀਆਂ ਕਿ ਇਹਨਾਂ ਨੂੰ ਦਿੱਤੀਆਂ ਗਈਆਂ ਵਾ ਡੰਗਰਾਂ ਸ਼ੰਗਰਾਂ ਨੂੰ ਜੀ ਕਮਾਊ ਪੁੱਤ ਦੀ, ਠੀਕ ਆ। ਇੱਧਰ ਇੱਦਾਂ ਦੁੱਧ ਪੱਤੀਆਂ ਅਤੇ ਨਾਨਾ ਜੀ ਹੁਣੀ ਦੁੱਧ ਦਾ ਇੰਤਜ਼ਾਮ ਕਰਦੇ ਪਏ ਆ ਜੀ। ਵਾਸ਼ਰੂਮ ਅਤੇ ਆਪਾਂ ਹੁਣ ਵਾਸ਼ਰੂਮ ਥੋੜ੍ਹਾ ਜਿਹਾ ਕਰ ਲਈਏ, ਠੀਕ ਆ। ਟਾਟਾ ਬਾਏ ਬਾਏ, ਆਪਾਂ ਵਾਸ਼ਰੂਮ ਚੱਲੇ ਹਾਂ, ਠੀਕ ਆ। ਓਕੇ ਬਾਏ ਬਾਏ ਕੁਛ ਬਾਹਰ ਹੋ ਗੰਨਾ ਯਾਰ। ਹੁਣ ਕਮਾਊ ਪੁੱਤ ਵਲੋਗ ਬਣਾਵੇ ਕੋਈ ਪਿਆਰ ਕਰਨ ਵਾਲਾ ਜੀ ਸਾਨੂੰ ਛਿਲਕੇ ਦੇਵੇ ਨਾ ਯਾਰ, ਨਹੀਂ ਤਾਂ ਫਿਰ ਨਾਨਾ ਜੀ ਨੂੰ ਕਹਿੰਦੇ ਆ ਕਿ ਨਾਨਾ ਯਾਰ ਫੀਡਰ ਫੜੋ ਅਤੇ ਸਾਡੇ ਮੂੰਹ 'ਚ ਤੁੰਨੋ। ਲਓ ਜੀ ਛੱਤ ਤੋਂ ਲੈ ਚੱਲਦੇ ਹਾਂ ਆਪਾਂ ਹੁਣ। ਓਹੋ ਹੋ ਕਿਆ ਬਾਤ ਆ ਬਈ, ਕਿਆ ਬਾਤ ਆ। ਮੈਂ ਕਿਹਾ ਚੱਸਾਂ ਆ ਗਈਆਂ। ਉਹ ਬਾਹਰੋਂ ਮੁੜਿਆ ਬਲਬ ਬਲਬ ਕਿਆ ਬਾਤਾਂ ਜੀ, ਕਿਆ ਬਾਤਾਂ। ਚੈੱਕ ਤੇ ਕਰੋ ਹਾਂ ਜਰਾ ਕਿੱਧਰ ਬਿਸਤਰੇ ਬੁਸਤਰੇ ਵਿਛਾਏ ਆ। ਮੈਂ ਕਿਹਾ ਜੀ ਫੁੱਲ ਪ੍ਰੋਟੋਕੋਲ। ਓਏ ਇਹ ਪੱਖਾ ਕਿੰਨੇ ਲਾਤਾ ਡੇਰੇ? ਠੀਕ ਆ ਤੁਸੀਂ ਲਿਫਟਾਂ ਕੋਈ ਨੀ ਕਰਾਉਂਦੇ? ਮੈਂ ਪੁੱਤ ਪਾਣੀ ਦੀ ਵਾਰੀ ਸੀ ਉਹ ਗਿਆ ਸੀ ਲਾਉਣ, ਪਾਣੀ ਬੰਨਣ ਗਿਆ ਸੀ। ਅੱਛਾ ਜੀ ਸਾਨੂੰ ਵੀ ਲਾਜੋ ਪਾਣੀ ਲਾਉਣ, ਚਲੋ ਲੈ ਚਲਦੇ ਪੁੱਤ ਤੁਹਾਨੂੰ ਵੀ। ਅੱਛਾ ਜੀ ਹਾਂਜੀ ਆਓ ਚੱਲੀਏ ਫਿਰ। ਠੀਕ ਹੋ ਗਿਆ ਜੀ, ਕਰਦੇ ਵਿਜ਼ਿਟ ਉੱਧਰ ਕਣਕ ਭਰਨੀ ਸੀ। ਠੀਕ ਆ ਜੀ।
ਕਿਆ ਮੱਠੀ ਆ ਗਈ ਲਓ ਜੀ ਇਹਨੂੰ ਕਹਿੰਦੇ ਆ ਜੀ ਮੁਹੱਬਤਾਂ ਸੱਚੀਆਂ ਮੁਹੱਬਤਾਂ ਸ਼ਰੋਤ ਭਾਈ ਸਾਨੂੰ ਗੰਨਾ ਛੜ ਕੇ ਦਿੱਤਾ ਜੀ ਕਿਆ ਬਾਤ ਆ ਜੀ ਇੱਧਰ ਹੁਣ ਮਾਮਾ ਜੀ ਹੁਣੀ ਖਿਦਮਤ ਕਰਨ ਲੱਗੇ ਆ ਜੀ ਸੇਵਾ ਕਰਨ ਲੱਗੇ ਸਾਡੀ ਫੜ ਹੀ ਲਿਆ ਨਾ ਮੈਂ ਵੀ ਕਹਾਂ ਅੱਜ ਕਾਤੋਂ ਡੋਲੇ ਛੋਲੇ ਬਣੇ ਆ ਇਹ ਨਹੀਂ ਪਤਾ ਵੀ ਆਹ ਬਾਲਟੀਆਂ ਜਿਹੜੀਆਂ ਸਾਈਡ ਨੂੰ ਗਾਇਬ ਹੋ ਜਾਂਦੀਆਂ ਮੰਨ ਲਓ ਜੀ ਆਹ ਹੈਗਾ ਜੀ ਪੰਪ ਹੁਣ ਨਹੀਂ ਹੁੰਦਾ ਜਿਹੜਾ ਸੋਲਰ ਵਾਲਾ ਉਹ ਲੱਗਾ ਵਾ ਬੈਟਰੀ ਸ਼ੈਟਰੀ ਆ ਫੁੱਲ ਲੱਗਣਾ ਕਿੰਨੀ ਦੇਰ ਖਲੋਣਾ ਪੈਣਾ ਚੱਲ ਬਸ ਕਰ ਹੁਣ ਤੂੰ ਹਾਂਜੀ ਯੂਟਿਊਬ ਫੈਮਿਲੀ ਗੰਨਾ ਖਾਧਾ ਜਾ ਰਿਹਾ ਜੀ ਚੁੱਪੇ ਜਾ ਰਿਹਾ ਸਿੱਧੇ ਲਫਾਇਆਂ 'ਚ ਸੱਜਣਾ ਮਿੱਤਰ ਬੇਲੀ ਇੱਛਾ ਰਹਿ ਗਈ ਸੀ ਸਭ ਤੋਂ ਜਿਹੜਾ ਵੀ ਆਈ ਪੀ ਮੰਦਰ ਤੁਹਾਨੂੰ ਦਿਖਾਉਣਾ ਸੀਗਾ ਉਹ ਛੱਤ ਦਾ ਸੀਗਾ ਇਸ ਟਾਈਮ ਮਾਮਾ ਜੀ ਇੰਜੋਏ ਕਰਦੇ ਪਏ ਆ ਲੋ ਜੀ ਛੱਤ 'ਤੇ ਖਲੋਤੇ ਆ ਇਸ ਟਾਈਮ ਠੀਕ ਆ ਅਤੇ ਬਹੁਤ ਵੀ ਆਈ ਪੀ ਰਿਹਾ ਲੱਗਣ ਮਾਮਾ ਜੀ ਮਰਜ਼ੀ ਆ ਸਾਨੂੰ ਯਾਰ ਬਲੋਗ 'ਤੇ ਬਣਾ ਦਿਓ ਅਤੇ ਆਹ ਜੀ ਫਸਲਾਂ ਫੁਸਲਾਂ ਵਾ ਠੀਕ ਆ ਸਾਰੇ ਚੈੱਕ ਕਰ ਲਓ ਅਤੇ ਆਪਾਂ ਹੁਣ ਨਾ ਮੈਨੂੰ ਲੱਗਦਾ ਜੀ ਸਾਡੀ ਫੈਮਿਲੀ ਜਿਹੜੀ ਆ ਭੱਜ ਲਈ ਆ ਇਹਨਾਂ ਦੇ ਮਗਰ ਜਾਣਾ ਪੈਣਾ ਵਾ ਅਤੇ ਇਹ ਤੋਂ ਪਹਿਲੇ ਪਹਿਲੇ ਅੱਗੇ ਪਾ ਫਿਰ ਲੇਟ ਹੋ ਜਾਈਏ ਵਿਖਾਉਣੀ ਆ ਅਮੇਜ਼ਿੰਗ ਸ਼ਾ ਲਓ ਜੀ ਇੱਥੇ ਨੈੱਟ ਲੱਗਾ ਜੀ ਸਭ ਤੋਂ ਵੱਡੀ ਗੱਲ ਚੈੱਕ ਕਰੋ ਤੁਸੀਂ ਹੈ ਮਾਮੂ ਹੋਣਾ ਦੇ ਕੰਮ ਚੈੱਕ ਕਰੋ ਤੁਸੀਂ ਫੁੱਲ ਵਾਈਫਾਈ ਹੈ ਅਤੇ ਇੱਕ ਹੋਰ ਸ਼ਾ ਲਓ ਜੀ ਆਹ ਵੀ ਰੱਖਿਆ ਜੀ ਸਿਲੰਡਰ ਰਾਤ ਨੂੰ ਬਾਰਬੀਕਿਊ ਮੱਛੀ ਪ੍ਰੋਗਰਾਮ ਅਤੇ ਆਪਾਂ ਹੁਣ ਚੱਲਦੇ ਹਾਂ ਜੀ ਆਹ ਰੂਮ ਚੈੱਕ ਕਰ ਲਓ ਤੁਸੀਂ ਫੁੱਲ ਪ੍ਰੋਟੋਕੋਲ ਆ ਜੀ ਫੁੱਲ ਪ੍ਰੋਟੋਕੋਲ ਆਹ ਰੱਖੀਆਂ ਜੀ ਬਾਰੀਆਂ ਆਏ ਹਾਏ 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 ਕਿਆ ਬਾਤ ਆ ਜੀ ਸਾਹਮਣੇ ਨਜ਼ਾਰਾ ਚੈੱਕ ਕਰੋ ਬਾਈ ਤੁਸੀਂ ਬਸ ਆਪਾਂ ਕਿਹੜਾ ਜਾ ਰਹੇ ਹਾਂ ਇਸ ਟਾਈਮ ਹੁਣ ਠੀਕ ਆ ਕਿਉਂਕਿ ਠੰਡ ਬੜੀ ਜ਼ਿਆਦਾ ਹੋ ਗਈ ਆ ਹਨੇਰਾ ਵੀ ਹੋਣ ਦਿਆ ਵਾ ਅਤੇ ਤੂੰ ਬੜਾ ਬਰਫ਼ ਵਾਲੇ ਇਲਾਕੇ 'ਚ ਆਇਆ ਬੜਾ ਮੂੰਹ ਮਾਮਲੇ ਟਿਆ ਵਾ ਯਾਰ ਬਸ ਕੰਨਾਂ ਠੰਡ ਠੁੰਡ ਦੇਈਏ ਲੱਗਣ ਹੋਰ ਕੁਛ ਨਹੀਂ ਹੈਗਾ ਯਾਰ ਬਹੁਤ ਇੱਧਰ ਬਰਫ਼ ਪੈ ਰਹੀ ਆ ਦੇਖ ਆਹ ਮਾਮੂ ਉਹਦੇ ਫਿਰਦੇ ਪਏ ਆ ਯਾਰ ਓਕੇ ਮਾਮੂ ਜੀ ਟਾਟਾ ਬਾਏ ਬਾਏ ਬਹੁਤ ਮਜ਼ਾ ਆਇਆ ਅੱਜ ਕੀ ਮੰਨੋ ਯਾਰ ਓਕੇ ਜੀ ਟਾਟਾ ਬਾਏ ਬਾਏ ਗੁੱਡ ਨਾਈਟ ਓਕੇ